ਮੈਂ ਬਿਲਕੁਲ ਵੀ ਇਸ ਫਿਲਮ ਨੂੰ ਕਦੇ ਇਹ ਸੋਚ ਕੇ ਨਹੀਂ ਬਣਾਇਆ ਹੈਗਾ ਕਿ ਯਾਰ ਫਟਾਫਟ ਆਪਾਂ ਬਣਾ ਲਈਏ, ਤੀਜਾ ਭਾਗ ਆ, ਵਧੀਆ ਫਿਲਮ ਚੱਲ ਜੂਗੀ ਜਾਂ ਕੁਛ ਇੱਦਾਂ ਨਹੀਂ। ਔਰ ਮੈਨੂੰ ਉਮੀਦ ਆ ਕਿ ਜਿਨ੍ਹਾਂ ਨੂੰ ਸਾਡੀਆਂ ਪਹਿਲੀਆਂ ਦੋ ਫਿਲਮਾਂ ਵਧੀਆ ਲੱਗੀਆਂ, ਅਰਦਾਸ ਅਤੇ ਅਰਦਾਸ ਕਰਾਂ, ਉਹਨਾਂ ਨੂੰ ਬਹੁਤ ਹੀ ਵਧੀਆ ਲੱਗੂਗੀ। ਅਤੇ ਵਾਹਿਗੁਰੂ ਅੱਗੇ ਵੀ ਸਾਡੀ ਅਰਦਾਸ ਹੈ ਕਿ ਮੈਂ ਫਿਲਮਾਂ ਭਾਵੇਂ ਕਰਨੀਆਂ ਛੱਡ ਜਾਵਾਂ, ਇੱਕ ਟਾਈਮ 'ਤੇ ਆ ਕੇ ਬੰਦਾ ਕਹਿੰਦਾ ਚਲੋ ਬਹੁਤ ਕਰ ਲਿਆ, ਰਿਟਾਇਰ ਹੋ ਜਾਈਏ ਹੁਣ, ਪਰ ਮੈਂ ਸਾਲ 'ਚ ਜੇ ਇੱਕ ਫਿਲਮ ਕਰਿਆ ਕਰਾਂਗਾ, 2 ਸਾਲ ਬਾਅਦ 3 ਸਾਲ ਬਾਅਦ ਵੀ ਇੱਕ ਕਰਿਆ ਕਰਾਂਗਾ, ਅਤੇ ਉਹ ਅਰਦਾਸ ਫਿਲਮ ਹੀ ਹੋਏਗੀ, ਉਹ ਮੈਂ ਜ਼ਰੂਰ ਕਰਿਆ ਕਰਾਂਗਾ ਜੀ। ਇਸ ਫਿਲਮ ਨੇ ਸਾਨੂੰ ਬੜੀਆਂ ਦੁਆਵਾਂ ਦਿੱਤੀਆਂ, ਅਸੀਂ ਜਿੱਥੇ ਜਾਂਦੇ ਹਾਂ, ਵੀਰੀ ਮੈਨੂੰ ਯਾਦ ਆ ਪਿਛਲੀ ਵਾਰੀ ਅਸੀਂ ਕੈਨੇਡਾ ਗਏ ਸੀ, ਇੰਨੀਆਂ ਅਸੀਸਾਂ ਮਿਲੀਆਂ ਸਕਰੀਨਿੰਗ ਤੋਂ ਬਾਹਰ ਨਿਕਲਦੇ ਹੋਏ ਕਿ ਬੀਬੀਆਂ ਰੋ ਪਈਆਂ, ਹੈ ਨਾ, ਮਾਤਾਵਾਂ ਸਾਡੀਆਂ, ਉਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ। ਕੀ ਡਿਫਰੈਂਸ ਦੇਖਦੇ ਹੋ ਜਦੋਂ OTT ਅੱਜ ਜਿਹੜੇ ਪਲੇਟਫਾਰਮਾਂ ਕਾਫੀ ਉੱਪਰ ਜਾ ਰਹੇ? ਤਾਂ ਇਹ ਜ਼ਰੂਰ ਆ ਕਿ OTT ਨੇ ਇੱਕ ਬਹੁਤ ਸਹਾਰਾ ਦਿੱਤਾ ਲੋਕਾਂ ਨੂੰ। ਪਹਿਲਾਂ ਲੋਕ ਮਾੜੀ ਫਿਲਮ ਵੀ ਐਵਰੇਜ ਫਿਲਮ ਨੂੰ ਵੀ ਸਿਨੇਮਾ 'ਚ ਦੇਖ ਲੈਂਦੇ ਸੀ, ਹੁਣ ਅਗਲਾ ਕਹਿੰਦਾ ਯਾਰ ਇਹਨੂੰ ਕਾਹਨੂੰ, ਇਹ ਇੰਨੀ ਵਧੀਆ ਤਾਂ ਲੱਗ ਨਹੀਂ ਰਹੀ, ਰਹਿਣ ਦਿੰਦੇ ਇਹਨੂੰ ਬਾਅਦ 'ਚ ਦੇਖ ਲਾਂਗੇ। ਪਰ ਚੰਗੀ ਚੀਜ਼ ਨੂੰ ਬੰਦੇ ਸਿਨੇਮੇ 'ਚ ਦੇਖਣ ਜਾਂਦੇ ਨੇ, ਇਹ ਚੀਜ਼ ਸਾਡੀਆਂ ਫਿਲਮਾਂ ਉੱਤੇ ਨਹੀਂ ਜਾ ਰਹੀਆਂ ਤਾਂ ਇਹਦਾ ਮਤਲਬ ਸਾਡੇ 'ਚ ਕੋਈ ਕਮੀ ਹੈ, ਬਟ ਇਸ ਫਿਲਮ ਦੇ ਵਿੱਚ ਅਸੀਂ ਨਵੀਆਂ ਕਹਾਣੀਆਂ ਲੈ ਕੇ ਆਉਂਦੀਆਂ ਨੇ। ਥੀਏਟਰ ਦੇ ਆਰਟਿਸਟ ਆਪਣੇ ਕੋਲ ਖਾਸ ਤੁਹਾਡੇ ਕੋਲ ਟੀਮ 'ਚ ਹੈਗੇ ਆ, ਉਹ ਕਾਫੀ ਟਾਈਮ ਤੋਂ ਇਵੇਂ ਆ ਰਹੇ ਆ ਕਿ ਵੀ ਉਹਨਾਂ ਦੇ ਰੋਲ ਜਿਹੜੇ ਆ ਉਹ ਡਿਫਰੈਂਟ ਹੁੰਦੇ, ਕਰੈਕਟਰ ਡਿਫਰੈਂਟ ਹੁੰਦੇ ਆ, ਪਰ ਉਹ ਨਿਭਾਉਂਦੇ ਬਹੁਤ ਬਾਖੂਬ ਆ, ਉਹਨਾਂ 'ਤੇ ਹੀ ਵਿਸ਼ਵਾਸ ਬੱਝਿਆ ਕਿ ਥੀਏਟਰ ਆਰਟਿਸਟ ਹੁਣ ਹੋਰ ਜਿਹੜੇ ਨਵੇਂ ਆ ਪ੍ਰੋਡਿਊਸ ਕਰਨ ਨੂੰ ਕਿੱਥੇ ਖੁੰਝ ਰਿਹਾ? ਚਲਿਆ ਫਿਲਮ ਇੱਕ ਕਮਰਸ਼ੀਅਲ ਐਕਟੀਵਿਟੀ ਹੈ, ਭਾਵੇਂ ਛੋਟੇ ਭਰਾਵਾਂ ਵਾਂਗੂ ਹੈ, ਗਿੱਪੀ ਮੈਂ ਧੱਕਾ ਨਹੀਂ ਕਰ ਸਕਦਾ ਕਿ ਭਾਅ ਜੀ ਤੁਹਾਨੂੰ ਮੇਰੇ ਮੁੰਡੇ ਨੂੰ ਹੀਰੋ ਬਣਾਉਣਾ ਪਏਗਾ। ਰਿਸਪੈਕਟ ਪਿਆਰ ਆਪਣੀ ਥਾਂ 'ਤੇ, ਪਰ ਇੱਦਾਂ ਨਹੀਂ ਕਿ ਤੁਸੀਂ ਹੀਰੋ ਬਣਾ ਦਿਓ ਜੀ ਚਾਚੇ ਦੇ ਮੁੰਡੇ ਨੂੰ, ਭੂਆ ਦੇ ਮੁੰਡੇ ਨੂੰ। ਇੱਦਾਂ ਹੀ ਥੀਏਟਰ ਕਰਨ ਵਾਲੇ ਅੱਛੇ ਆਰਟਿਸਟ ਜਿਹੜੇ ਨੇ ਉਹ ਆਪਣੀ ਥਾਂ ਆਪ ਬਣਾ ਰਹੇ ਨੇ। ਤੁਸੀਂ ਜੈਸਮੀਨ ਭਸੀਨ ਜੀ ਨੂੰ ਆਪਾਂ ਪੁੱਛਦੇ ਹਾਂ ਕਿ ਇਹ ਸਾਊਥ ਵੱਲ ਜਾ ਕੇ ਆਏ ਨੇ, ਕਿੰਨਾ ਕੁ ਮਜ਼ਾ ਆਉਂਦਾ ਜਦੋਂ ਆਪਣੀ ਆਪਦੀ ਭਾਸ਼ਾ ਦੇ ਵਿੱਚ ਆਪਦੇ ਲੋਕਾਂ 'ਚ ਰਹਿ ਕੇ ਲੋਕਾਂ ਨਾਲ ਜੁੜਦੇ ਹਾਂ, ਟੀਮ ਨਾਲ ਜੁੜਦੇ ਹਾਂ? ਮੈਂ ਐਜ਼ ਐਨ ਆਰਟਿਸਟ ਬਹੁਤ ਕੰਮ ਕੀਤਾ ਹੈ, ਹਿੰਦੀ, ਤਮਿਲ, ਤੇਲਗੂ, ਸਭ ਜਗ੍ਹਾ, ਬਟ ਮੈਂ ਕਦੇ ਵੀ ਆਪਣੀ ਫੈਮਿਲੀ ਨੂੰ ਇੰਨਾ ਖੁਸ਼ ਹੁੰਦੇ ਨਹੀਂ ਵੇਖਿਆ ਜਦੋਂ ਮੈਂ ਵੈਨ ਆਈ ਸਟਾਰਟਿਡ ਡੂਇੰਗ ਪੰਜਾਬੀ, ਦੇ ਵਰ ਵੈਰੀ ਹੈਪੀ, ਦੇ ਵਰ ਸੋ ਪ੍ਰਾਊਡ। ਮੈਨੂੰ ਯਾਦ ਹੈ ਜਦ ਹਨੀਮੂਨ ਕੀਤੀ ਸੀ, ਮੇਰੇ ਚਾਚੇ ਨੇ ਸਪੈਸ਼ਲ ਸਕਰੀਨਿੰਗ ਰੱਖੀ ਸੀ ਦਿੱਲੀ 'ਚ।